ਉਸਤਤ ਮਨ ਮੈਂ ਕਰਨ ਅਹੰਕਾਰ। ਰੌਲਾ ਪਾ ਕੇ ਨਹੀਂ, ਮਨ ਵਿੱਚ। ਮਨ ਵਿੱਚ ਤੇਰੇ ਸਤਿਕਾਰ ਹੋਵੇ, ਮਨ ਵਿੱਚ ਉਹਦੀਆਂ ਵਡਿਆਈਆਂ, ਮਨ ਵਿੱਚ ਉਹਦਾ ਹਰੀ ਜਸ ਹੋਵੇ। ਉਸਤਤ ਮਨ ਮੈਂ ਕਰਨ ਅਹੰਕਾਰ, ਕਰਮਨ ਮੇਰੇ ਸਤ ਵਿਵਹਾਰ। ਵਿਹਾਰ ਦੱਸ ਕਿਹੋ ਜਿਹਾ ਤੇਰੇ ਮਨ ਦਾ। ਨਿਰਮਲ ਰਸਨਾ ਅੰਮ੍ਰਿਤ ਪੀਓ, ਇੱਥੋਂ ਹੀ ਚੱਲੇ ਸੀ ਅੱਜ। ਮਨ ਪੀਵੇ ਸੰ ਸ਼ਬਦ ਵਿਚਾਰ, ਚਿਮ ਚਿਮ ਬਰਸ ਅੰਮ੍ਰਿਤ ਧਾਰਾ। ਤੁਸੀਂ ਕਦੇ ਪੀਤਾ? ਕਿਉਂ ਪਿਆ ਰਿਹਾ? ਸਤਿਗੁਰ ਕਹਿੰਦੇ ਨੇ ਅੰਮ੍ਰਿਤ ਬਰਸ ਰਿਹਾ, ਇਹ ਸਤਿਗੁਰ ਕਹਿ ਰਹੇ ਨੇ ਝਿਮ ਝਿਮ ਬਰਸ ਅੰਮ੍ਰਿਤ ਧਾਰਾ। ਮਨ ਪੀਵੇ ਸੁਣ ਸ਼ਬਦ ਵਿਚਾਰਾ, ਮਨ ਦਿਸਦਾ ਨਹੀਂ, ਖਿਆਲ ਰੱਖਣਾ। ਤਨ ਦੇ ਨਾਲ ਤਾਂ ਪੀਤਾ ਹੋਇਆ ਖਾਧਾ ਹੋਇਆ ਨਜ਼ਰ ਆਉਂਦਾ, ਪਰ ਮਨ ਜੋ ਪੀਂਦਾ, ਮਨ ਜੋ ਖਾਂਦਾ, ਪਤਾ ਇਹਨੂੰ ਸਭ ਕੁਝ ਆ। ਪਰ ਸਤਿਗੁਰ ਕਹਿੰਦੇ ਨੇ ਤੂੰ ਮਨ ਇਸ ਅੰਮ੍ਰਿਤ ਨੂੰ ਪੀ, ਪੀਵੋ ਪੌਲ ਖੰਡ ਤਾਰ ਹੋਵੇ ਜਨਮ ਸੁਹੇਲਾ। ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ। ਕਲਯੁਗ ਦਾ ਬੰਦਾ ਸਭ ਤੋਂ ਵੱਧ ਡਰਦਾ ਅੰਮ੍ਰਿਤ ਛਕਣ ਲਈ। ਇਸਨੂੰ ਪਤਾ ਨਹੀਂ ਕਿਉਂ ਇੰਨਾ ਭੈ ਆ ਕਿ ਅੰਮ੍ਰਿਤ ਛਕਣ ਨਾਲ ਇਹ ਕਹਿੰਦਾ ਵੀ ਖਾਣਾ ਪੀਣਾ ਛੁੱਟ ਜਾਣਾ। ਇਹ ਕਹਿੰਦਾ ਇਸਨੂੰ ਪੁੱਛੇ ਵੀ ਰਸੋਈ 'ਚ ਖਾਂਦੇ ਖਾਂਦੇ ਮਰ ਜਾਣਾ ਤੂੰ, ਖਾਂਦਿਆਂ ਖਾਂਦਿਆਂ ਮੂੰਹ ਟੱਠਾ, ਪਹਿਨਾਉਂਦਿਆਂ ਸਭ ਅੰਗ। ਕੀ ਕਹਿੰਦੇ ਪਾਤਸ਼ਾਹ? ਖਾਂਦੇ ਖਾਂਦੇ ਮੂੰਹ ਟੱਠ ਗਿਆ, ਦੰਦ ਨਿਕਲ ਗਿਆ, ਪਹਿਨਾਉਂਦਿਆਂ ਸਭ ਅੰਗ, ਪਹਿਨਦੇ ਪਹਿਨਦੇ ਅੰਗ ਵੀ ਬੇਕਾਰ ਹੋ ਗਏ। ਤ੍ਰਿਗ ਤਿੰਨਾਂ ਕਾ ਜੀਵਿਆ, ਉਹਨਾਂ ਦਾ ਜੀਣਾ ਤਿਨਕਾਰ ਹੈ। ਕਹਿੰਦੇ ਜਿਨ੍ਹਾਂ 'ਤੇ ਰੰਗ ਨਹੀਂ ਚੜਿਆ ਉਹ ਬਦਰੰਗ ਤੁਰੇ ਫਿਰਦੇ ਨੇ। ਗੁਰ ਸ਼ਬਦ ਹੀ ਹਰ ਮਨ ਵਸੈ, ਗੁਰ ਸ਼ਬਦ ਬਾਰ ਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸ਼ਬਦ ਦੀ ਵਿਆਖਿਆ ਆ ਰਹੀ ਆ। ਗੁਰ ਸ਼ਬਦ ਹੀ ਹਰ ਹਰੀ ਪਰਮਾਤਮਾ, ਉਹ ਕਿਵੇਂ ਵਸਦਾ ਮਨ ਵਿੱਚ? ਗੁਰੂ ਦੇ ਸ਼ਬਦ ਦੁਆਰਾ ਵਸਦਾ। ਨਿਸ਼ਾਨੀ ਕੀ ਆ? ਮਾਇਆ ਕੀ ਭੁੱਖ ਜਾਏ। ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ। ਬੜੇ ਗੁਰਮੁਖ ਸੱਜਣ ਬੈਠੇ ਹੋ, ਰਾਮਲੀਲਾ ਵੀ ਸੰਗਤ ਬਹੁਤ ਦੇਖਣ ਗਈ ਹੋਣੀ ਆ। ਸਬਜੈਕਟ ਬੜਾ ਗੰਭੀਰ ਹੈ ਗੁਰਮੁਖੋ, ਜਿੱਥੇ ਤੁਸੀਂ ਬੈਠੇ ਹੋ ਨਾ, ਇਹ ਕੋਈ ਮਜ਼ਾਕੀਆ ਨਹੀਂ, ਜੀਵਨ ਦਾ ਸਾਰ ਹੈ। ਆਹੋ, ਸੇਜਨ ਨਿਰਮਲ ਉਜਲੇ ਜੋ ਗੁਰਮੁਖ ਨਾਮ ਸਮਾਏ। ਮਾਇਆ ਦੀ ਭੁੱਖ ਕਿਵੇਂ ਜਾਏਗੀ? ਪੁੱਛਣਾ ਇਸ ਮਨ ਨੂੰ ਵੀ ਮਾਇਆ ਦੀ ਭੁੱਖ ਚਲੀ ਗਈ ਕਿ ਤੇਰਾ ਮਨ ਭੁੱਖਾ ਨਹੀਂ ਮਾਇਆ ਲਈ? ਸਿਰਫ ਆਪਣੇ ਲਈ ਨਹੀਂ ਭੁੱਖਾ, ਤੇਰੀ ਤਾਂ ਇੱਛਾ ਹੈ ਪੁੱਤਰਾਂ ਦੇ ਵੀ ਖਜ਼ਾਨੇ ਭਰ ਜਾਣ, ਪੋਤਰਿਆਂ ਦੇ ਵੀ ਭਰ ਜਾਣ, ਦੋਤਰਿਆਂ ਦੇ ਵੀ ਭਰ ਜਾਣ।
ਤੇਰਾ ਤਾਂ ਰਸਤਾ ਹੀ ਬੜਾ ਵਿਖੜਾ ਹੈ ਅਸਲ ਵਿੱਚ, ਕਿਉਂਕਿ ਜਦੋਂ ਤੁਸੀਂ ਸੱਚ ਦੀ ਤੱਕੜੀ ਦੇ ਨਾਲ ਤੁਰੋਗੇ ਤਾਂ ਕੱਖ ਨਜ਼ਰ ਨਹੀਂ ਆਉਂਦਾ। ਆਖੋ ਸਤਨਾਮ, ਵਾਹਿਗੁਰੂ। ਕੁਛ ਨਹੀਂ ਨਜ਼ਰ ਆਉਂਦਾ। ਕਾਰਨ ਕੀ ਆ? ਉਹਦਾ ਕਾਰਨ ਇੱਕੋ ਹੀ ਆ, ਮਰਨਾ ਭੁੱਲ ਗਿਆ। ਮਰਨ ਦੀ ਨਾ ਕਹਿੰਦਾ ਗੱਲ ਕਰ, ਮਰਨ ਦਾ ਲਫ਼ਜ਼ ਹੀ ਨਹੀਂ ਸੁਣਨਾ ਚਾਹੁੰਦਾ ਏ। ਅਤੇ ਸਤਿਗੁਰ ਕਹਿੰਦੇ ਪਹਿਲੇ ਮਰਨ ਕਬੂਲ, ਜਿੱਥੇ ਤੁਸੀਂ ਬੈਠੇ ਉਹ ਤਾਂ ਪਹਿਲੀ ਮਰਨ ਦੀ ਗੱਲ ਕਰਦੇ ਨੇ। ਆਖੋ ਸਤਨਾਮ, ਵਾਹਿਗੁਰੂ। ਪਹਿਲੇ ਮਰਨ ਕਬੂਲ, ਜੀਵਨ ਕੀ ਛੱਡ ਆਸ, ਕੀ ਕਹਿੰਦੀ ਬਾਣੀ। ਜਿੰਨੇ ਵੀ ਅਸੀਂ ਬੈਠੇ ਹਾਂ, ਜੀਉਣ 'ਤੇ ਬੈਠੇ ਹਾਂ, ਇੱਛਾ ਹੈ ਜੀਉਣ ਦੀ। ਕੱਲ੍ਹ ਵਧੀਆ ਹੋਵੇ, ਇਹ ਸਾਡੀ ਹਰ ਇੱਕ ਦੀ ਇੱਛਾ ਹੈ। ਪਰ ਤੁਸੀਂ ਹੈਰਾਨ ਹੋ ਜਾਓ ਕਿ ਜ਼ਿੰਦਗੀ 'ਚ ਕਦੇ ਕੱਲ੍ਹ ਆਇਆ ਹੀ ਨਹੀਂ, ਜਦ ਵੀ ਆਇਆ ਹੈ ਅੱਜ ਹੀ ਆਇਆ ਹੈ। ਆਖੋ ਸਤਨਾਮ, ਵਾਹਿਗੁਰੂ। ਕੱਲ੍ਹ ਕਦੇ ਨਹੀਂ ਆਇਆ, ਕਿਸੇ ਦਾ ਵੀ ਨਹੀਂ ਆਉਂਦਾ, ਜਦ ਵੀ ਆਉਂਦਾ ਅੱਜ ਆਉਂਦਾ। ਸੁਣਦਾ ਨਹੀਂ, ਸਤਿਗੁਰ ਕਹਿੰਦੇ ਨੇ ਹਰੀ ਜਸ ਸੁਣਨ ਵਿੱਚ ਦੋ ਸਭ ਤੋਂ ਵੱਡੀਆਂ ਰੁਕਾਵਟਾਂ ਨੇ। ਹਰੀ ਜਸ ਸੁਣਨਾ ਹੋਵੇ ਨਾ ਮਨ ਨੇ, ਦੋ ਵੱਡੀਆਂ ਰੁਕਾਵਟਾਂ ਨੇ, ਖਿਆਲਾਂ ਦਾ ਨਾ ਟਿਕਣਾ, ਆਲਸ ਨੇ ਘੇਰ ਲੈਣਾ। ਫਿਰ ਸੁਣਨਾ ਜ਼ਰਾ, ਖਿਆਲਾਂ ਦਾ ਨਾ ਟਿਕਣਾ। ਤੁਸੀਂ ਗੁਟਕਾ ਸਾਹਿਬ ਫੜਿਆ ਨਹੀਂ ਅਤੇ ਮਨ ਦੌੜਿਆ ਨਹੀਂ, ਮਨ ਦੌੜ ਜਾਂਦਾ, ਇਹ ਟਿਕਦਾ ਨਹੀਂ। ਇਸ ਦੇ ਟਿਕਾਓ ਲਈ ਪਤਾ ਨਹੀਂ ਕਿੰਨੇ ਕੁ ਗ੍ਰੰਥ ਲਿਖੇ ਗਏ, ਕਿੰਨੇ ਪਤਾ ਨਹੀਂ ਕਿੰਨੇ ਕੁ ਪੰਥ ਪੈਦਾ ਹੋਏ ਇਸ ਮਨ ਨੂੰ ਹੀ ਸਾਂਭਣ ਲਈ, ਪਰ ਇਹ ਬਾਗੀ ਰਿਹਾ। ਆਖੋ ਸਤਨਾਮ, ਵਾਹਿਗੁਰੂ। ਪਰ ਇੱਕ ਕੰਮ ਕਰ, ਸੁਰਤ ਦੂਜਿਆਂ 'ਤੇ ਕਿਉਂ ਆ, ਨਜ਼ਰ ਦੂਜਿਆਂ 'ਤੇ ਕਿਉਂ ਆ ਤੇਰੀ? ਉਹ ਕੀ ਕਰਦੇ ਨੇ? ਇਹਦੀ ਅੱਖ ਦੂਜਿਆਂ ਦੇ ਔਗਣ ਲੱਭਣ ਲਈ ਤਿਆਰ ਰਹਿੰਦੀ ਆ।